ਫਰੈਂਡਸ ਦੀਵਾਲੀ ਦੇ ਇਸ ਸ਼ੁਭ ਮੌਕੇ ਤੇ ਡਾਇਰੈਕਟਰ ਸਿੱਖਿਆ ਪ੍ਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਇਹ ਪਬਲਿਕ ਨੋਟਿਸ 23 ਚਾਂਟ ਈਟੀਟੀ ਦੀ ਪੋਸਟਾ ਭਰਨ ਦੇ ਲਈ ਵਿਗਿਆਪਨ ਦੀ ਲਗਾਤਾਰਤਾ ਦੇ ਵਿੱਚ ਜਾਰੀ ਕੀਤਾ ਗਿਆ ਹੈ ਉਸ ਵਿਗਿਆਪਨ ਤੇ ਆਧਾਰ ਤੇ ਕਈ ਈਟੀਟੀ ਦੇ ਉਮੀਦਵਾਰ ਅਪਲਾਈ ਨਹੀਂ ਕਰ ਸਕੇ ਸਨ ਉਹਨਾਂ ਦੀਆਂ ਪ੍ਰਤੀ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਨੇ ਇਹ ਫੈਸਲਾ ਕੀਤਾ ਹੈ ਕੀ ਪੋਰਟਲ ਮਿਤੀ 16 11 2020 ਅਤੇ 17 11 2020 ਯਾਨੀ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਖੋਲਿਆ ਜਾਵੇਗਾ ਇਸ ਲਈ ਜਿਹੜੇ ਉਮੀਦਵਾਰਾਂ ਨੇ ਅਪਲਾਈ ਕਰਨਾ ਹੈ ਉਹ ਹੁਣ ਅਪਲਾਈ ਕਰ ਸਕਦੇ ਹਨ ਇਹ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਆਖਰੀ ਮੌਕਾ ਹੋਵੇਗਾ ਬਾਕੀ ਦੀ ਸਾਰੀ ਸ਼ਰਤਾਂ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਪੱਲਾਂ ਤੋਂ ਅਪਲੋਡ ਕੀਤੇ ਹੋਏ ਵਿਗਿਆਪਨ ਦੇ ਅਨੁਸਾਰ ਹੀ ਹੋਣਗੀਆਂ ਇਸ ਲਈ ਦੋਸਤੋ ਜਿਹੜੇ ਵੀ ਈਟੀਟੀ ਦੇ ਅਪਲਾਈ ਕਰਨ ਦੇ ਉਮੀਦਵਾਰ ਇਛੂ ਖਨ ਅਤੇ ਨਹੀਂ ਅਪਲਾਈ ਕਰ ਸਕੇ ਸਨ ਉਹਨਾਂ ਤੱਕ ਇਹ ਇਹ ਸੂਚਨਾ ਅਗੇਤੀ ਕੀਤੀ ਜਾਵੇ ਅਤੇ ਹੋਰ ਇਸ ਤਰ੍ਹਾਂ ਦੀ ਸੂਚਨਾ ਦੇ ਲਈ ਮੇਰੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ